ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਤੋਂ ਜਿੱਥੇ ਟਿਵੀਸ਼ਨ ਪੜਨ ਗਈ ਕੁੜੀ ਨੂੰ ਆਖਰ ਲੱਗ ਗਈ ਮੌਤ ਨਾਲ ਤਾਜ਼ਾ ਵੱਡੀ ਖਬਰ ਆ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਜਿਸ ਤਰ੍ਹਾਂ ਸੜਕਾਂ ਦਾ ਖਰਾਬ ਹੋਣਾ ਪ੍ਰਸ਼ਾਸਨ ਦੀ ਲਾਪਰਵਾਹੀ ਲੋਕਾਂ ਦਾ ਵਾਹਨਾਂ ਨੂੰ ਤੇਜ਼ ਚਲਾਉਣਾ ਮੋਬਾਈਲ ਫੋਨ ਤੇ ਗੱਲ ਕਰਦੇ ਹੋਏ ਡਰਾਈਵਿੰਗ ਕਰਨੀ ਆਦਤ ਕਾਰਨਾਂ ਨੇ ਇਸ ਸੜਕੀ ਹਾਦਸੇ ਦੇ ਉਸ ਜਿਸ ਦੇ ਚੱਲਦਿਆਂ ਇੱਕ ਹੋਰ ਸੜਕੀ ਹਾਦਸਾ ਵਾਪਰ ਗਿਆ ਜਿਸ ਨਾਲ ਇੱਕ ਘਰ ਦਾ ਚਿਰਾਗ ਸਦਾ-ਸਦਾ ਲਈ ਬੁੱਝ ਗਿਆ ਜੀ ਹਾਂ ਦੋਸਤੋ ਇੱਕ ਵਿਦਿਆਰਥਣ ਆਪਣੇ ਭਰਾ ਦੇ ਨਾਲ ਮੋਟਰਸਾਈਕਲ ਤੇ ਪਦੌੜ ਵਿਖੇ ਟਿਊਸ਼ਨ ਪੜ੍ਹਨ ਜਾ ਰਹੀ ਸੀ ਤਸਵੀਰ ਵਿਦਿਆਰਥਣ ਦੀ ਦਿਖਾ ਦਿੰਦੇ ਹਾਂ ਜੀ ਇਸ ਵਿਦਿਆਰਥਣ ਦੀ ਤਸਵੀਰ ਜੋ ਤੁਸੀਂ ਫੋਨ ਦੇ ਡਿਸਪਲੇ ਦੇ ਉੱਪਰ ਦੇਖ ਰਹੇ ਹੋ ਜਿਵੇਂ ਹੀ ਉਹ ਦੋਵੇਂ ਸੜਕ ਪਾਰ ਕਰਨ ਲੱਗੇ ਤਾਂ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਆ ਕੇ ਦੋਹਾਂ ਦੇ ਵਿੱਚ ਟੱਕਰ ਮਾਰੀ ਜਿਸ ਦੇ ਚੱਲਦੇ ਲੜਕੀ ਹਰਪ੍ਰੀਤ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜ਼ਖਮੀ ਹਾਲਤ ਵਿੱਚ ਹਰਪ੍ਰੀਤ ਕੌਰ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਕਾਫੀ ਹਾਲਤ ਵਿਗੜ ਗਈ ਹਾਲਤ ਵਿਗੜਨ ਕਰ ਉਸ ਦੀ ਮੌਤ ਹੋ ਗਈ ਜਿਸ ਕਾਰਨ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਇਹ ਪਰ ਇੱਥੇ ਸਵਾਲ ਇਹ ਹੈ ਕਿ ਕਦੋਂ ਇਹ ਸੜਕੀ ਹਾਦਸੇ ਰੁਕਣਗੇ ਕਦੋਂ ਸਾਡੇ ਬੱਚਿਆਂ ਦੀ ਜਾਨ ਸੁਰੱਖਿਅਤ ਹੋਵੇਗੀ ਕਦੋਂ ਸੜਕਾਂ ਠੀਕ ਹੋਣਗੀਆਂ ਕਦੋਂ ਸਾਡੀਆਂ ਲਾਪਰਵਾਹੀਆਂ ਰੁਕਣਗੀਆਂ ਕਦੋਂ ਅਸੀਂ ਸੜਕਾਂ ਤੇ ਤੁਰਦੇ ਹੋਏ ਜਾਂ ਵਾਹਨ ਚਲਾਉਂਦੇ ਹੋਏ ਖੁਦ ਨੂੰ ਮਹਸਫੂਜ਼ ਸਮਝਾਂਗੇ ਦੋਸਤੋ ਜਦੋਂ ਇਹ ਸਾਰੇ ਸਵਾਲ ਹੱਲ ਹੋ ਜਾਣਗੇ ਤਾਂ ਸ਼ਾਇਦ ਇਹ ਸੜਕੀ ਹਾਦਸੇ ਬੰਦ ਹੋ ਜਾਣਗੇ ਧੰਨਵਾਦ